ਜੋ ਕਿਸੇ ਦਾ ਦਿਲ ਤੋੜਦੇ ਨੇ ਸੁਣਿਆ, ਕਬੂਲ ਉਹਨਾਂ ਦੀ ਇਬਾਦਤ ਵੀ ਨਹੀਂ ਹੁੰਦੀ। ਕਿਸੇ ਦੇ ਬੁਰੇ ਵਕਤ ਵਿੱਚ ਉਸਦਾ ਹੱਥ ਪਕੜੋ, ਸਹਾਰਾ ਦਿਓ ਅਤੇ ਉਹਨੂੰ ਹਿੰਮਤ ਦਿਓ, ਕਿਉਂਕਿ ਬੁਰਾ ਵਕਤ ਤਾਂ ਥੋੜ੍ਹੇ ਸਮੇਂ ਬਾਅਦ ਚਲਾ ਜਾਊਗਾ, ਪਰ ਉਹ ਤੁਹਾਨੂੰ ਜ਼ਿੰਦਗੀ ਭਰ ਦੁਆ ਦਿੰਦਾ ਰਹੂਗਾ। ਕਿਸੇ ਨੇ ਕਿੰਨੀ ਸੋਹਣੀ ਗੱਲ ਕਹੀ ਹੈ, ਮੈਂ ਤੈਨੂੰ ਇਸ ਲਈ ਸਲਾਹ ਨਹੀਂ ਦੇ ਰਿਹਾ ਕਿ ਮੈਂ ਜ਼ਿਆਦਾ ਸਮਝਦਾਰ ਹਾਂ, ਬਲਕਿ ਇਸ ਲਈ ਦੇ ਰਿਹਾ ਹਾਂ ਕਿ ਮੈਂ ਜ਼ਿੰਦਗੀ 'ਚ ਤੇਰੇ ਨਾਲੋਂ ਜ਼ਿਆਦਾ ਗਲਤੀਆਂ ਕੀਤੀਆਂ ਹਨ। ਇੱਕ ਚੰਗਾ ਇਨਸਾਨ ਆਪਣੀ ਮਿੱਠੀ ਜ਼ੁਬਾਨ ਤੋਂ ਹੀ ਜਾਣਿਆ ਜਾਂਦਾ ਹੈ। ਚੰਗੀਆਂ ਗੱਲਾਂ ਤਾਂ ਦੀਵਾਰਾਂ 'ਤੇ ਵੀ ਬਹੁਤ ਲਿਖੀਆਂ ਹੁੰਦੀਆਂ। ਹੱਥ ਵਿੱਚ ਟੱਚ ਫੋਨ ਸਿਰਫ ਸਟੇਟਸ ਦੇ ਲਈ ਚੰਗਾ ਹੈ, ਸਭ ਦੇ ਟੱਚ ਵਿੱਚ ਰਹੋ ਜ਼ਿੰਦਗੀ ਦੇ ਲਈ ਚੰਗਾ ਹੈ। ਬੁਰੇ ਕੰਮ ਕਰਨ ਦਾ ਮੌਕਾ ਹੁੰਦੇ ਹੋਏ ਵੀ ਬੁਰੇ ਕੰਮ ਨਾ ਕਰਨਾ ਸਭ ਤੋਂ ਵੱਡੀ ਨੇਕੀ ਹੈ। ਆਪਣੀ ਜ਼ੁਬਾਨ ਨਾਲ ਦੂਜਿਆਂ ਲਈ ਦੁਆਵਾਂ ਕਰਨੀਆਂ ਸਿੱਖ ਜਾਓ, ਇਸ ਨਾਲ ਦੁਸ਼ਮਣ ਘਟਦੇ ਜਾਣਗੇ ਅਤੇ ਦੋਸਤ ਵੱਧਦੇ ਜਾਣਗੇ। ਲੋਕਾਂ ਨੂੰ ਇਸ ਤਰ੍ਹਾਂ ਮਾਫ ਕਰ ਦਿਆ ਕਰੋ ਜਿਸ ਤਰ੍ਹਾਂ ਤੁਸੀਂ ਖੁਦਾ ਤੋਂ ਉਮੀਦ ਰੱਖਦੇ ਹੋ ਕਿ ਉਹ ਤੁਹਾਨੂੰ ਮਾਫ ਕਰ ਦਊਗਾ। ਕਿਹੜੇ ਕੱਪੜੇ ਪਾਵਾਂ ਜਿਸ ਦੇ ਵਿੱਚ ਮੈਂ ਚੰਗਾ ਦਿਖਾਂ, ਇਹ ਤਾਂ ਅਸੀਂ ਰੋਜ਼ ਸੋਚਦੇ ਹਾਂ, ਪਰ ਕਿਹੜੇ ਕੰਮ ਕਰਾਂ ਜਿਸ ਨਾਲ ਮੈਂ ਵਾਹਿਗੁਰੂ ਨੂੰ ਚੰਗਾ ਲੱਗਾਂ, ਇਹ ਅਸੀਂ ਕਦੇ ਨਹੀਂ ਸੋਚਦੇ। ਕੋਈ ਵੀ ਇਨਸਾਨ ਪੂਰੀ ਦੁਨੀਆ ਲਈ ਆਪਣੀ ਜ਼ਿੰਦਗੀ ਨਹੀਂ ਜਿਉਂਦਾ, ਬਲਕਿ ਕੁਝ ਖਾਸ ਲੋਕਾਂ ਲਈ ਜਿਉਂਦਾ ਜੋ ਉਸਦੀ ਸਾਰੀ ਦੁਨੀਆ ਹੁੰਦੇ ਨੇ। ਇੱਕ ਜੋਕਰ ਨੇ ਲੋਕਾਂ ਨੂੰ ਇੱਕ ਜੋਕ ਸੁਣਾਇਆ, ਜੋਕ ਸੁਣ ਕੇ ਸਾਰੇ ਲੋਕ ਬਹੁਤ ਜ਼ਿਆਦਾ ਹੱਸੇ। ਉਸਨੇ ਉਹੀ ਜੋਕ ਫਿਰ ਸੁਣਾਇਆ ਤਾਂ ਘੱਟ ਲੋਕ ਹੱਸੇ, ਉਸਨੇ ਉਹੀ ਜੋਕ ਫਿਰ ਤੋਂ ਸੁਣਾਇਆ ਤਾਂ ਕੋਈ ਨਹੀਂ ਹੱਸਿਆ। ਫਿਰ ਉਸ ਜੋਕਰ ਨੇ ਬਹੁਤ ਪਿਆਰੀ ਗੱਲ ਕਹੀ, ਜੇ ਤੁਸੀਂ ਇੱਕ ਬਹੁਤ ਪਿਆਰੀ ਗੱਲ ਨੂੰ ਲੈ ਕੇ ਬਾਰ ਬਾਰ ਖੁਸ਼ ਨਹੀਂ ਰਹਿ ਸਕਦੇ, ਫਿਰ ਇੱਕ ਗਮ ਨੂੰ ਲੈ ਕੇ ਬਾਰ ਬਾਰ ਕਿਉਂ ਦੁਖੀ ਹੁੰਦੇ ਹੋ? ਲੋਹਾ ਨਰਮ ਹੋ ਕੇ ਔਜਾਰ ਬਣ ਜਾਂਦਾ, ਸੋਨਾ ਨਰਮ ਹੋ ਕੇ ਜੇਵਰ ਬਣ ਜਾਂਦਾ, ਮਿੱਟੀ ਨਰਮ ਹੋ ਕੇ ਖੇਤ ਬਣ ਜਾਂਦੀ ਆ, ਆਟਾ ਨਰਮ ਹੋ ਕੇ ਰੋਟੀ ਬਣ ਜਾਂਦੀ ਆ। ਇਸੇ ਤਰ੍ਹਾਂ ਇਨਸਾਨ ਵੀ ਅਗਰ ਨਰਮ ਹੋ ਜਾਵੇ ਤਾਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਲੈਂਦਾ। ਹੱਦ ਤੋਂ ਜ਼ਿਆਦਾ ਖੁਸ਼ੀ ਅਤੇ ਹੱਦ ਤੋਂ ਜ਼ਿਆਦਾ ਗਮ ਕਿਸੇ ਨੂੰ ਨਾ ਦੱਸੋ। ਜ਼ਿੰਦਗੀ 'ਚ ਲੋਕ ਹੱਦ ਤੋਂ ਜ਼ਿਆਦਾ ਖੁਸ਼ੀ 'ਤੇ ਨਜ਼ਰ ਅਤੇ ਹੱਦ ਤੋਂ ਜ਼ਿਆਦਾ ਗਮ 'ਤੇ ਨਮਕ ਜ਼ਰੂਰ ਲਾਉਂਦੇ ਨੇ। ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸੋਇਆ ਕਰੋ ਯਾਰੋ, ਸੁਣਿਆ ਮੌਤ ਮੁਲਾਕਾਤ ਦਾ ਮੌਕਾ ਨਹੀਂ ਦਿੰਦੀ। ਸ਼ੁਕਰੀਆ ਅਦਾ ਕਰਨਾ ਅਤੇ ਮਾਫ਼ੀ ਮੰਗਣਾ, ਇਹ ਦੋ ਗੁਣ ਜਿਸ ਇਨਸਾਨ ਕੋਲ ਨੇ ਉਹ ਸਭ ਦੇ ਕਰੀਬ ਅਤੇ ਸਭ ਦੇ ਲਈ ਅਜੀਜ਼ ਹੁੰਦਾ ਹੈ। ਨੀਅਤ ਕਿੰਨੀ ਵੀ ਚੰਗੀ ਹੋਵੇ, ਦੁਨੀਆ ਤੁਹਾਨੂੰ ਤੁਹਾਡੇ ਦਿਖਾਵੇ ਤੋਂ ਜਾਣਦੀ ਹੈ, ਅਤੇ ਦਿਖਾਵਾ ਕਿੰਨਾ ਵੀ ਚੰਗਾ ਹੋਵੇ, ਵਾਹਿਗੁਰੂ ਤੁਹਾਨੂੰ ਤੁਹਾਡੀ ਨੀਅਤ ਤੋਂ ਜਾਣਦਾ। ਕਦੇ ਵੀ ਕਿਸੇ ਦਾ ਦਿਲ ਨਾ ਦੁਖਾਓ, ਕਿਉਂਕਿ ਮਾਫ਼ੀ ਮੰਗ ਲੈਣ ਦੇ ਬਾਅਦ ਵੀ ਉਸਨੂੰ ਦੁੱਖ ਜ਼ਰੂਰ ਰਹੂਗਾ, ਜਿਵੇਂ ਕੰਨ 'ਚ ਲੱਗੇ ਕਿਲ ਨੂੰ ਕੱਢਣ ਤੋਂ ਬਾਅਦ ਨਿਸ਼ਾਨ ਰਹਿ ਹੀ ਜਾਂਦਾ।